ਇਹ ਜੀ ਅਸੀਂ ਬਾਹਰ ਗਏ ਸੀਗੇ, ਉੱਥੋਂ ਬੱਚੀ ਫਿਰ ਨਾਲ ਮੇਰੇ ਜਾਵੜੀ ਇਹ ਤੇ ਮੇਰੇ ਸਿਰ ਤੇ ਬਾਲਣ ਰੱਖਿਆ ਸੀ ਜੀ, ਤੇ ਇਹ ਮੁੜ ਕੇ ਰੋਣ ਲੱਗ ਗਈ। ਇਹ ਮੈਨੂੰ ਆਂਦੀ ਦਾਦੀ ਮੈਂ ਮੱਚ ਗਈ, ਦਾਦੀ ਮੈਂ ਮੱਚ ਗਈ ਆਂਦੀ। ਮੈਨੂੰ ਦਿਸਿਆ ਨਹੀਂ ਇੱਕ ਵਾਰੀ, ਇਹ ਪਤਾ ਨਹੀਂ ਮੁੜ ਕੇ ਆਪ ਹੀ ਕਿਤੇ ਵਿਚਾਰੀ ਜਦੋਂ ਕਿਤੇ ਧੂੰਏ ਤੇ ਪਾਸੇ ਹੋਈ ਤੇ ਵਿਚਾਰੀ ਆ ਮੁੜ ਕੇ ਮੇਰੀ ਬਾਂਹ ਫੜ ਲਈ ਇਹਨੇ ਆ ਕੇ। ਧੂੰਆਂ ਵਾਹਵਾ ਸੀਗਾ, ਉਹ ਨਰਮਾ ਚੁਗਣ ਗਏ ਆ ਜੀ, ਨਰਮਾ ਚੁਗਣ ਗਏ ਉਹ। ਆਏ ਤਾਂ ਸੀਗੇ ਬਾਈ ਜੀ, ਹੁਣ ਤੇ ਹੁਣ ਵੇਖੋ ਕੀ ਕਰਨਗੇ ਉਹ। ਅਸੀਂ ਤਾਣੇ ਵੀ ਇਹ ਹੋਣੇ ਨਹੀਂ ਚਾਹੀਦਾ ਇਹ ਜਿਹਾ ਕੰਮ ਇਹ ਤੋਂ ਬਾਅਦ। ਵੀ ਅੱਜ ਤਾਂ ਸਾਡੀ ਬੱਚੀ ਜੇ ਭੜਕੇ ਕੋਈ ਹੋਰ ਹੀ ਡਿੱਗ ਪੈਂਦਾ, ਕੋਈ ਹੋਰ ਬੱਚਾ ਨਾ, ਇਹ ਤੋਂ ਪਹਿਲਾਂ ਵੀ ਬੱਚਾ ਟੱਪ ਗਿਆ ਉਹ ਸਾਈਕਲ ਤੇ, ਉਹ ਵੀ ਡਿੱਗਣ ਲੱਗਿਆ ਸੀਗਾ। ਕੋਲੇ ਹੀ ਆ ਸਾਡੇ ਘਰਾਂ ਦੇ ਮਗਰ ਕਮਲਿਆਂ ਦੇ। ਇਹ ਜੀ ਬਾਲਣ ਲੈਣ ਗਈ ਸੀ ਆਪਣੀ ਦਾਦੀ ਨਾਲ, ਤੇ ਉਧਰੋਂ ਨਾਲ ਜਾਵੜੇ ਬੱਚੇ ਤਿੰਨੇ, ਤੇ ਦੋ ਤਾਂ ਟੱਪ ਗਏ ਤੇ ਮੰਮੀ ਵੀ ਟੱਪ ਗਈ, ਤੇ ਕੁੜੀ ਦੇ ਅੱਖਾਂ 'ਚ ਪੈ ਗਿਆ ਧੂੰਆਂ, ਕੁੜੀ ਟੱਪਣ ਲੱਗੀ, ਕੁੜੀ ਤੋਂ ਕੰਟਰੋਲ ਨਹੀਂ ਹੋਇਆ, ਕੁੜੀ ਅੱਗ ਦੇ ਵਿੱਚ ਵੜ ਗਈ। ਹਾਂਜੀ ਹਾਂਜੀ, ਅਸੀਂ ਤਾਂ ਮਦਦ ਹੀ ਚਾਹੁੰਦੇ ਹਾਂ ਜਿੰਨੀ ਹੋ ਸਕੇ, ਸਾਡੀ ਬੱਚੀ ਠੀਕ ਹੋਣੀ ਚਾਹੀਦੀ, ਸਾਨੂੰ ਹੋਰ ਕੁਛ ਨਹੀਂ ਚਾਹੀਦਾ। ਜੇ ਜੇ ਕੁਛ ਕਰਦੇ ਆ ਠੀਕ ਆ ਜੀ, ਕਰਾਉਣੀ ਪੈਣੀ ਕਾਰਵਾਈ ਤਾਂ ਜੀ। ਇੱਥੇ ਆਇਆ ਤਾਂ ਸੀਗਾ ਜ਼ਰੂਰੀ ਜੀ, ਉਹ ਤਾਂ ਕਹਿੰਦਾ ਜੀ ਧੋਬੀ ਤੋਂ ਤੇਲ ਲਾ ਲਓ, ਉੱਥੋਂ ਤੇਲ ਲਾ ਲਓ, ਤੇਲਾਂ ਨਾਲ ਠੀਕ ਨਹੀਂ ਹੋਣ ਵਾਲੀ ਕੁੜੀ। ਡਾਕਟਰ ਨੇ ਤਾਂ ਇਹ ਕਿਹਾ ਜੀ 5 ਲੱਖ ਵਾਲਾ ਕਾਰਡ ਬਣਾਓ, ਸਰਜਰੀ ਦੀ ਗੱਲ ਕੀਤੀ ਹੋਈ ਆ, ਪੂਰੀ ਤਰ੍ਹਾਂ ਪੈਰ ਗਲੇ ਹੋਏ ਕੁੜੀ ਦੇ, ਪੂਰੀ ਤਰ੍ਹਾਂ ਸੜ ਗਏ ਕੁੜੀ ਦੇ ਪੈਰ। ਦੇਖੋ ਸਰਕਾਰ ਵੱਲੋਂ ਇਹ ਵਰਜਿਤ ਕੀਤਾ ਹੋਇਆ, ਸੁਪਰੀਮ ਕੋਰਟ ਵੀ ਇਹਦਾ ਮੈਟਰ ਚੱਲ ਰਿਹਾ ਹੈਗਾ, ਅਤੇ 188 ਦੀ ਕਾਰਵਾਈ ਅਸੀਂ ਉਹਨਾਂ 'ਤੇ ਪਰਚੇ ਦੇ ਰਹੇ ਹਾਂ ਜਿਹੜੇ ਆਪਣਾ ਕਰ ਰਹੇ ਨੇ, ਅਤੇ ਕੁਛ ਰਿਪੋਰਟਡ ਹੋਏ ਨੇ ਸਾਡੇ ਕੋਲ। ਜੇ ਕੋਈ ਇੱਦਾਂ ਦੀ ਕੋਈ ਘਟਨਾ ਆਉਂਦੀ ਹੈ ਤਾਂ ਕਾਰਵਾਈ ਜ਼ਰੂਰ ਕੀਤੀ। ਉਹ ਕੁੜੀ ਦਾ ਨਾ ਸਾਨੂੰ ਹਜੇ ਰਿਪੋਰਟਡ ਨਹੀਂ ਹੈਗਾ, ਸਾਨੂੰ ਹਜੇ ਮੈਸੇਜ ਨਹੀਂ ਆਇਆ, ਜਦੋਂ ਮੈਸੇਜ ਆਊਗਾ ਜੋ ਉਹ ਸਟੇਟਮੈਂਟ ਦੇਣਗੇ ਉਸੇ ਮੁਤਾਬਕ ਕਾਰਵਾਈ ਕਰ ਦਿੱਤੀ ਜਾਏਗੀ। ਇਹ ਜੀ ਅਸੀਂ ਬਾਹਰ ਗਏ ਸੀਗੇ, ਉੱਥੋਂ ਬੱਚੀ ਫਿਰ ਨਾਲ ਮੇਰੇ ਜਾਵੜੀ ਇਹ ਤੇ ਮੇਰੇ ਸਿਰ ਤੇ ਬਾਲਣ ਰੱਖਿਆ ਸੀ ਜੀ, ਤੇ ਇਹ ਮੁੜ ਕੇ ਰੋਣ ਲੱਗ ਗਈ। ਇਹ ਮੈਨੂੰ ਆਂਦੀ ਦਾਦੀ ਮੈਂ ਮੱਚ ਗਈ, ਦਾਦੀ ਮੈਂ ਮੱਚ ਗਈ ਆਂਦੀ। ਮੈਨੂੰ ਦਿਸਿਆ ਨਹੀਂ ਇੱਕ ਵਾਰੀ, ਇਹ ਪਤਾ ਨਹੀਂ ਮੁੜ ਕੇ ਆਪ ਹੀ ਕਿਤੇ ਵਿਚਾਰੀ ਜਦੋਂ ਕਿਤੇ ਧੂੰਏ ਤੇ ਪਾਸੇ ਹੋਈ ਤੇ ਵਿਚਾਰੀ ਆ ਮੁੜ ਕੇ ਮੇਰੀ ਬਾਂਹ ਫੜ ਲਈ ਇਹਨੇ ਆ ਕੇ। ਧੂੰਆਂ ਵਾਹਵਾ ਸੀਗਾ, ਉਹ ਨਰਮਾ ਚੁਗਣ ਗਏ ਆ ਜੀ, ਨਰਮਾ ਚੁਗਣ ਗਏ ਉਹ। ਆਏ ਤਾਂ ਸੀਗੇ ਬਾਈ ਜੀ, ਹੁਣ ਤੇ ਹੁਣ ਵੇਖੋ ਕੀ ਕਰਨਗੇ ਉਹ। ਅਸੀਂ ਤਾਣੇ ਵੀ ਇਹ ਹੋਣੇ ਨਹੀਂ ਚਾਹੀਦਾ ਇਹ ਜਿਹਾ ਕੰਮ ਇਹ ਤੋਂ ਬਾਅਦ। ਵੀ ਅੱਜ ਤਾਂ ਸਾਡੀ ਬੱਚੀ ਜੇ ਭੜਕੇ ਕੋਈ ਹੋਰ ਹੀ ਡਿੱਗ ਪੈਂਦਾ, ਕੋਈ ਹੋਰ ਬੱਚਾ ਨਾ, ਇਹ ਤੋਂ ਪਹਿਲਾਂ ਵੀ ਬੱਚਾ ਟੱਪ ਗਿਆ ਉਹ ਸਾਈਕਲ ਤੇ, ਉਹ ਵੀ ਡਿੱਗਣ ਲੱਗਿਆ ਸੀਗਾ। ਕੋਲੇ ਹੀ ਆ ਸਾਡੇ ਘਰਾਂ ਦੇ ਮਗਰ ਕਮਲਿਆਂ ਦੇ। ਇਹ ਜੀ ਬਾਲਣ ਲੈਣ ਗਈ ਸੀ ਆਪਣੀ ਦਾਦੀ ਨਾਲ, ਤੇ ਉਧਰੋਂ ਨਾਲ ਜਾਵੜੇ ਬੱਚੇ ਤਿੰਨੇ, ਤੇ ਦੋ ਤਾਂ ਟੱਪ ਗਏ ਤੇ ਮੰਮੀ ਵੀ ਟੱਪ ਗਈ, ਤੇ ਕੁੜੀ ਦੇ ਅੱਖਾਂ 'ਚ ਪੈ ਗਿਆ ਧੂੰਆਂ, ਕੁੜੀ ਟੱਪਣ ਲੱਗੀ, ਕੁੜੀ ਤੋਂ ਕੰਟਰੋਲ ਨਹੀਂ ਹੋਇਆ, ਕੁੜੀ ਅੱਗ ਦੇ ਵਿੱਚ ਵੜ ਗਈ। ਹਾਂਜੀ ਹਾਂਜੀ, ਅਸੀਂ ਤਾਂ ਮਦਦ ਹੀ ਚਾਹੁੰਦੇ ਹਾਂ ਜਿੰਨੀ ਹੋ ਸਕੇ, ਸਾਡੀ ਬੱਚੀ ਠੀਕ ਹੋਣੀ ਚਾਹੀਦੀ, ਸਾਨੂੰ ਹੋਰ ਕੁਛ ਨਹੀਂ ਚਾਹੀਦਾ। ਜੇ ਜੇ ਕੁਛ ਕਰਦੇ ਆ ਠੀਕ ਆ ਜੀ, ਕਰਾਉਣੀ ਪੈਣੀ ਕਾਰਵਾਈ ਤਾਂ ਜੀ। ਇੱਥੇ ਆਇਆ ਤਾਂ ਸੀਗਾ ਜ਼ਰੂਰੀ ਜੀ, ਉਹ ਤਾਂ ਕਹਿੰਦਾ ਜੀ ਧੋਬੀ ਤੋਂ ਤੇਲ ਲਾ ਲਓ, ਉੱਥੋਂ ਤੇਲ ਲਾ ਲਓ, ਤੇਲਾਂ ਨਾਲ ਠੀਕ ਨਹੀਂ ਹੋਣ ਵਾਲੀ ਕੁੜੀ। ਡਾਕਟਰ ਨੇ ਤਾਂ ਇਹ ਕਿਹਾ ਜੀ 5 ਲੱਖ ਵਾਲਾ ਕਾਰਡ ਬਣਾਓ, ਸਰਜਰੀ ਦੀ ਗੱਲ ਕੀਤੀ ਹੋਈ ਆ, ਪੂਰੀ ਤਰ੍ਹਾਂ ਪੈਰ ਗਲੇ ਹੋਏ ਕੁੜੀ ਦੇ, ਪੂਰੀ ਤਰ੍ਹਾਂ ਸੜ ਗਏ ਕੁੜੀ ਦੇ ਪੈਰ। ਦੇਖੋ ਸਰਕਾਰ ਵੱਲੋਂ ਇਹ ਵਰਜਿਤ ਕੀਤਾ ਹੋਇਆ, ਸੁਪਰੀਮ ਕੋਰਟ ਵੀ ਇਹਦਾ ਮੈਟਰ ਚੱਲ ਰਿਹਾ ਹੈਗਾ, ਅਤੇ 188 ਦੀ ਕਾਰਵਾਈ ਅਸੀਂ ਉਹਨਾਂ 'ਤੇ ਪਰਚੇ ਦੇ ਰਹੇ ਹਾਂ ਜਿਹੜੇ ਆਪਣਾ ਕਰ ਰਹੇ ਨੇ, ਅਤੇ ਕੁਛ ਰਿਪੋਰਟਡ ਹੋਏ ਨੇ ਸਾਡੇ ਕੋਲ। ਜੇ ਕੋਈ ਇੱਦਾਂ ਦੀ ਕੋਈ ਘਟਨਾ ਆਉਂਦੀ ਹੈ ਤਾਂ ਕਾਰਵਾਈ ਜ਼ਰੂਰ ਕੀਤੀ। ਉਹ ਕੁੜੀ ਦਾ ਨਾ ਸਾਨੂੰ ਹਜੇ ਰਿਪੋਰਟਡ ਨਹੀਂ ਹੈਗਾ, ਸਾਨੂੰ ਹਜੇ ਮੈਸੇਜ ਨਹੀਂ ਆਇਆ, ਜਦੋਂ ਮੈਸੇਜ ਆਊਗਾ ਜੋ ਉਹ ਸਟੇਟਮੈਂਟ ਦੇਣਗੇ ਉਸੇ ਮੁਤਾਬਕ ਕਾਰਵਾਈ ਕਰ ਦਿੱਤੀ ਜਾਏਗੀ।